ਅਸੀਂ ਅਕਸਰ ਦੇਖਦੇ ਹਾਂ ਕਿ ਤਿਉਹਾਰਾਂ ਦੇ ਆਉਣ ਨਾਲ ਹੀ ਬਾਜ਼ਾਰਾਂ 'ਚ ਖਾਣ ਪੀਣ ਦੀਆਂ ਦੁਕਾਨਾਂ 'ਤੇ ਖਰੀਦਦਾਰਾਂ ਦੀ ਭੀੜ ਲੱਗੀ ਰਹਿੰਦੀ ਹੈ। ਇਹਨਾਂ ਖਰੀਦਦਾਰਾਂ ਤੋਂ ਕੁਝ ਦੁਕਾਨਦਾਰ ਮੋਟਾ ਮੁਨਾਫਾ ਕਮਾਉਣ ਦੇ ਲਈ ਖਾਣ ਪੀਣ ਦੀਆਂ ਵਸਤੂਆਂ 'ਚ ਮਿਲਾਵਟ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਨੇ। ਇਸ ਦੇ ਮੱਦੇਨਜ਼ਰ ਮਾਨਸਾ ਜ਼ਿਲ੍ਹੇ 'ਚ SDM ਸਰਬਜੀਤ ਕੌਰ ਵੱਲੋਂ ਖਾਣ ਪੀਣ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ SDM ਨੇ ਦੱਸਿਆ ਕਿ ਅਸੀਂ ਕਈ ਦੁਕਾਨਾਂ ਦੀ ਚੈਕਿੰਗ ਕਰ ਚੁੱਕੇ ਹਾਂ। ਜੇਕਰ ਕਿਸੇ ਦੁਕਾਨ 'ਤੇ ਕੋਈ ਵਸਤੂ 'ਚ ਮਿਲਾਵਟ ਪਾਈ ਜਾਂਦੀ ਹੈ ਤਾਂ ਦੁਕਾਨ ਮਾਲਕ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੀਵਾਲੀ ਦੇ ਮੱਦੇਨਜ਼ਰ ਅੱਜ ਕਾਫ਼ੀ ਦੁਕਾਨਾਂ ਮੈਂ ਚੈੱਕ ਕੀਤੀਆਂ, ਇੰਸਪੈਕਟ ਕੀਤੀਆਂ, ਕੱਲ੍ਹ ਸ਼ਾਮੀ ਵੀ, ਅੱਜ ਵੀ। ਹਾਲੇ ਤੱਕ ਤਾਂ ਸਾਰੀਆਂ ਵਧੀਆ ਮੈਨੂੰ ਨੀਟ ਐਂਡ ਕਲੀਨ ਮਿਲੀਆਂ। ਕੁਛ ਥੋੜ੍ਹੀ ਬਹੁਤੀ ਸੀ ਕਿ ਕਈ ਦੁਕਾਨਾਂ 'ਚ ਸਫਾਈ ਦੀ ਮਾੜੀ ਮੋਟੀ ਘਾਟ ਸੀ ਅਤੇ ਮੈਂ ਉਹ ਇੰਸਟਰਕਸ਼ਨ ਦੇ ਦਿੱਤੀਆਂ। ਇਹ ਸੱਚ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਚੀਜ਼ ਸਾਹਮਣੇ ਨਹੀਂ ਆਈ ਕਿ ਜਿਹੜਾ ਆਪਾਂ ਉਹਨਾਂ ਨੂੰ ਕੋਈ ਨੋਟਿਸ ਕੀਤਾ ਜਾ ਸਕੇ ਜਾਂ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ ਨਾ ਖਰੀਦੋ, ਖਰੀਦੋ, ਵਧੀਆ ਹੈ, ਨੀਟ ਐਂਡ ਕਲੀਨ ਹੈ ਸਾਰਾ ਕੁਛ। 8 ਤੋਂ 10 ਦੇ ਕਰੀਬ ਮੈਂ ਦੁਕਾਨਾਂ ਚੈੱਕ ਕਰ ਲਈਆਂ ਅਤੇ ਲਗਾਤਾਰ ਜਾਰੀ ਰਹੇਗੀ।